ਸਮੇਤ ਸੈਣੀ ਦੇ ਨਾਲ ਮਿਲ ਕੇ ਜੀ ਜਿਹੜਾ ਬੁੱਚੜ ਸੀਗਾ ਮਰ ਗਿਆ ਦੂਜਾ ਘੋਟਣਾ ਜੀ, ਉਹਨਾਂ ਨੂੰ ਇਹਨਾਂ ਨੇ ਬੁੱਕਲ ਦੇ ਵਿੱਚ ਲੈ ਕੇ ਨਾ ਕੋਈ ਨੌਜਵਾਨ ਛੱਡਿਆ ਜੀ, ਤੇ ਹੁਣ ਇਹ ਬਚਾਉਣ ਕਿਹਨੂੰ ਤੁਰੇ ਹੈ? ਲੱਖਾਂ ਕਰੋੜਾਂ ਰੁਪਇਆ ਤੁਹਾਡੇ ਕੋਲ ਧਨ ਪਿਆ ਹੈ ਤੇ ਇਹ ਨਹੀਂ ਸਰਿਆ ਵੀ ਮੈਂ ਇਹਨੂੰ ਲੱਖ ਰੁਪਇਆ ਦੇ ਜਾਂ। ਉਹੀ ਸਿੰਘ ਜਿਹੜੇ ਤਾਰਾਂ ਮਾਰਦੇ ਸੀ, ਬੜੀਆਂ ਬੜੀਆਂ ਫੜਕਾਂ ਮਾਰਦੇ ਸੀ, ਉਹੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਪਿੱਠ ਦੇ ਗਏ। ਉੱਥੇ ਜਿਹੜੇ ਬਾਦਲ ਦੇ ਗੁੰਡੀ ਦੇ ਯਾਰ ਸੀਗੇ, ਬਲਾਤਕਾਰੀ ਡੇਰਾ ਪ੍ਰੇਮੀ, ਤੇ ਜਦੋਂ ਮੋਰਚੇ ਲਾਉਣ ਵਾਲਿਆਂ ਦਾ ਬੇੜਾ ਗਰਕ ਗਿਆ, ਸਰਕਾਰਾਂ ਦੇ ਨਾਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਸੀ ਜਿਹੜੇ ਉਹਨਾਂ ਨੇ ਭਾੜ ਕੇ ਖਲਿਆਰੇ। ਸੋ ਦੋਸਤੋ, ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ, ਮੈਂ ਨਿਸ਼ਾਨ ਸਿੰਘ। ਅੱਜ ਅਸੀਂ ਪਹੁੰਚੇ ਹਾਂ ਬਾਬਾ ਜੀ ਹੋਰਾਂ ਦੇ ਕੋਲ। ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਸ ਤਰ੍ਹਾਂ ਬਾਬਾ ਜੀ ਦੀ 75 ਸਾਲ ਦੀ ਉਮਰ ਹੋ ਗਈ ਹੈ, ਕੌਮ ਨੂੰ ਬਹੁਤ ਵੱਡੀ ਦੇਣ ਹੈ ਬਾਬਾ ਜੀ ਹੋਰਾਂ ਦੀ। ਬੜੇ ਵੱਡੇ ਵੱਡੇ ਸੰਘਰਸ਼ ਜਿਹੜੇ ਸੰਨ 1978 ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਮੋਰਚੇ ਲੱਗੇ ਨੇ, ਬਾਬਾ ਜੀ ਦਾ ਵੱਡਾ ਯੋਗਦਾਨ ਹੈ। ਸੋ ਗੱਲਬਾਤ ਕਰਦੇ ਹਾਂ। ਸੋ ਇਸ ਵੀਡੀਓ ਦੇ ਤੁਸੀਂ ਆਪਣੇ ਦੋਸਤੋਂ ਵਿਚਾਰ ਤੇ ਕਮੈਂਟ ਜ਼ਰੂਰ ਕਰਿਆ ਜੀ। ਸੋ ਲਾਈਕ ਵੀ ਨਾਲ ਇਸ ਤੇ ਕਰਿਆ ਜੀ ਵੀਡੀਓ ਤੇ। ਸੋ ਆਓ ਗੱਲਬਾਤ ਕਰਦੇ ਹਾਂ ਬਾਬਾ ਜੀ ਹੋਰ ਦੇ ਨਾਲ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ। ਆਪ ਜੀ ਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ ਵਿਸ਼ਕਾਰ। ਬਾਬਾ ਜੀ, ਤੁਹਾਡਾ ਨਾਮ ਕੀ ਹੈਗਾ ਜੀ? ਮੇਰਾ ਨਾਮ ਜੀ ਹਮੀਰ ਸਿੰਘ ਖਾਲਸਾ ਜੀ। ਬਾਬਾ ਜੀ, ਪਹਿਲਾ ਸਵਾਲ ਕਰਦੇ ਹਾਂ, ਜਿਸ ਤਰ੍ਹਾਂ ਬਰਗਾੜੀ ਮੋਰਚਾ ਲੱਗਿਆ ਸੀਗਾ ਪਿਛਲੇ ਸਮੇਂ ਦੇ ਵਿੱਚ, ਲੰਬਾ ਮੋਰਚਾ ਚੱਲਿਆ, ਲੱਖਾਂ ਦੀ ਤਦਾਦ ਦੇ ਵਿੱਚ ਉੱਥੇ ਸੰਗਤਾਂ ਪਹੁੰਚੀਆਂ ਸੀਗੀਆਂ, ਮੋਰਚਾ ਫੇਲ ਹੋ ਗਿਆ, ਕੀ ਕਾਰਨ ਹੈਗੇ ਸੀਗੇ? ਵੇਖੋ ਜੀ, ਇਹ ਜਿਹੜਾ ਬਗਲਾੜੀ ਮੋਰਚਾ ਮੇਜਾ ਲੱਗਿਆ ਸੀ ਜੀ ਜੀ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ 1 ਤਰੀਕ ਨੂੰ ਪਿੰਡ ਜਵਾਹਰ ਸਿੰਘ ਵਾਲੇ ਤੋਂ ਚੱਕ ਕੇ, ਜਿਹੜੇ ਬਾਦਲ ਦੇ ਗੁੰਡੀ ਦੇ ਯਾਰ ਸੀਗੇ, ਬਲਾਤਕਾਰੀ ਡੇਰਾ ਪ੍ਰੇਮੀ, ਉਹਨਾਂ ਨੇ ਲਿਖ ਕੇ ਲਾਤਾ ਵੀ ਅਸੀਂ ਤੁਹਾਡਾ ਗੁਰੂ ਚੱਕ ਲਿਆ, ਤੁਸੀਂ ਸਾਡੀ ਫਿਲਮ ਨਹੀਂ ਚੱਲਣ ਦਿੱਤੀ ਜੀ ਜੀ, ਹੁਣ ਇਹ ਬਗਰਾੜੀ ਦੇ ਵਿੱਚ ਸਾਡੇ ਕੋਲੇ ਹੈ, ਜੇ ਤੁਹਾਡੇ ਚ ਹਿੰਮਤ ਹੈ ਤੇ ਤੁਸੀਂ ਸਾਥੋਂ ਵਾਪਸ ਲੈ ਕੇ ਵਿਖਾਓ ਜੀ। ਫਿਰ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਜੀ ਜੀ, ਉਦੋਂ ਪਿੱਛੋਂ ਉਹਨਾਂ ਨੇ ਲਿਖ ਕੇ ਲਾਤਾ ਵੀ ਅਸੀਂ ਹੁਣ ਇਹਦੀ ਬੇਅਦਬੀ ਕਰਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੀ ਜੀ, ਸਲਾਬਤ ਪਰੇ ਵੀ 10 ਲੱਖ ਰੁਪਇਆ ਨਾਮ ਦੇਵਾਂਗੇ। ਉਹਨਾਂ ਨੇ ਉਹ ਵੀ ਕਰਕੇ ਵਿਖਾਤਾ, ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਸੀ ਜਿਹੜੇ, ਉਹਨਾਂ ਨੇ ਪਾੜ ਕੇ ਖਲਿਆਰੇ, ਉਹਨਾਂ ਦੇ ਉੱਤੇ ਫਿਰ ਵੀ ਕੋਈ ਕਾਰਵਾਈ ਜਿਹੜੀ ਪੰਥ ਸਰਕਾਰ ਸੀ ਬਾਦਲ ਦੀ, ਉਹਨਾਂ ਨੇ ਨਹੀਂ ਕੀਤੀ ਬਿਲਕੁਲ। 1 ਵੀ ਡੇਰਾ ਪ੍ਰੇਮੀ ਨੂੰ ਉਹਨਾਂ ਨੇ ਅਰੈਸਟ ਨਹੀਂ ਕੀਤਾ। ਉਸ ਤੋਂ ਪਿੱਛੋਂ ਸੰਗਤਾਂ ਇਕੱਠੀਆਂ ਹੋ ਕੇ, ਜਿਹੜਾ ਢੰਡਰੀਆਂ ਵਾਲਾ ਜਨਾਨਾ ਜਾਂ ਪੰਥ ਪ੍ਰੀਤ ਹੈ ਜੀ ਜੀ, ਦਾਦੂਵਾਲ, ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਮੋਰਚਾ ਲਾਇਆ ਕੋਟਕਪੂਰਾ। ਤੁਸੀਂ ਵੇਖਿਆ ਹੀ ਹੈ ਵੀ ਜਿਵੇਂ ਤੜਕੇ 4 ਵਜੇ ਡਾਂਗ ਵੜੀ ਹੈ ਸਿੰਘਾਂ ਦੇ ਉੱਤੇ। ਉਦੋਂ ਪਿੱਛੋਂ ਬਹਿਬਲ ਕਲਾਂ ਜਾ ਕੇ 2 ਸਿੰਘ ਸ਼ਹੀਦ ਹੋਏ ਜੀ। ਉਸ ਤੋਂ ਪਿੱਛੋਂ ਬਗਰਾੜੀ ਮੋਰਚਾ ਲੱਗਿਆ ਜੀ, ਕਿ ਜਿਹਦੇ ਵਿੱਚ 3 ਰੈਲੀਆਂ ਹੋਈਆਂ, 1 ਕਾਂਗਰਸ ਦੀ, 1 ਅਕਾਲੀਆਂ ਦੀ ਤੇ 1 ਗੁਰੂ ਗ੍ਰੰਥ ਸਾਹਿਬ ਦੀ। ਬਗਰਾੜੀ ਬਹੁਤ ਵੱਡਾ, ਇਹ ਪਹਿਲੇ ਨੰਬਰ ਦਾ ਇਕੱਠ ਹੋਇਆ ਜੀ ਜੀ। ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਕਿ ਜਿੰਨਾ ਕਹਿਣ ਤੋਂ ਵੀ ਵੱਧ, ਕੋਈ ਕਸਰ ਨਹੀਂ ਛੱਡੀ, ਨਾ ਪੈਸੇ ਨਹੀਂ ਹੋ, ਨਾ ਰਸਤਾ ਨਹੀਂ ਹੋ, ਨਾ ਦੁੱਧ ਨਹੀਂ ਹੋ, ਖੰਡ ਨਹੀਂ ਹੋ, ਘਿਓ ਨਹੀਂ ਹੋ। ਤੇ ਜਦੋਂ ਮੋਰਚੇ ਲਾਉਣ ਵਾਲਿਆਂ ਦਾ ਬੇੜਾ ਗਰਕ ਗਿਆ, ਸਰਕਾਰਾਂ ਦੇ ਨਾਲ ਮਿਲ ਕੇ ਜੀ, ਉਹਨਾਂ ਨੇ ਉਹ ਮੋਰਚਾ ਚੱਕ ਲਿਆ। ਚੱਕਿਆ ਵੀ ਕਿਹਨਾਂ ਦੇ ਆਖੇ? ਤੇ ਕਾਂਗਰਸ ਦੇ ਆਖੇ, ਵੀ ਕਾਂਗਰਸ ਦੇ ਕੈਪਟਨ ਦੇ ਜਿਹੜੇ ਵਜ਼ੀਰ ਆਏ, ਜਿਵੇਂ ਸੁੱਖੀ ਰਧਾਵਾ ਸੀ, ਇੰਦਰਜੀਤ ਦਾ ਮੁੰਡਾ ਸੀਗਾ, ਦੂਜਾ ਆਪਣਾ ਜੀਰੇ ਤੋਂ MLA ਰਾਜਾ ਵੜਿੰਗ ਸੀਗੇ
ਜੀ ਵੀ ਉਸ ਵੇਲੇ ਜੇ ਇਹ ਮੋਰਚਾ ਨਾ ਚੱਕਦੇ ਤੇ ਸਾਨੂੰ ਇਨਸਾਫ ਮਿਲ ਜਾਂਦਾ ਜੀ। ਜਦੋਂ ਵੀ ਮੋਰਚੇ ਫੇਲ ਹੁੰਦੇ ਆ ਉਦੋਂ ਸੰਗਤ ਵੱਲੋਂ ਮੋਰਚੇ ਫੇਲ ਨਹੀਂ ਹੁੰਦੇ, ਜਦੋਂ ਮੋਢੀ ਵਿਕ ਜਾਂਦੇ ਆ ਉਦੋਂ ਹੀ ਇਹ ਮੋਰਚੇ ਫੇਲ ਹੁੰਦੇ ਆ। ਬਾਬਾ ਜੀ ਅਗਲਾ ਸਵਾਲ ਹੈਗਾ, ਕੌਮੀ ਇਨਸਾਫ਼ ਮੋਰਚਾ ਚੰਡੀਗੜ੍ਹ ਦੇ ਵਿੱਚ 7 ਜਨਵਰੀ 2022 ਨੂੰ ਲੱਗਿਆ ਸੀ, ਤਕਰੀਬਨ 1.5 ਸਾਲ ਦੇ ਕਰੀਬ ਹੋਣ ਲੱਗੇ ਨੇ। ਇਉਂ ਲੱਗਦਾ ਜਾਂ ਤਾਂ ਸੰਗਤਾਂ ਨੇ ਸਹਿਯੋਗ ਨਹੀਂ ਦਿੱਤਾ, ਐਂ ਲੱਗਦਾ ਕਿ ਜਿਹੜਾ ਮੋਰਚਾ ਸੀਗਾ ਕੌਮੀ ਇਨਸਾਫ਼ ਮੋਰਚਾ ਜਿਹੜਾ ਉਹ ਫੇਲ ਦੀ ਕਿਨਾਰੇ ਤੇ ਹੈਗਾ। ਵੇਖੋ ਜੀ ਸੰਗਤਾਂ ਦੀ ਕੋਈ ਕਮੀ ਨਹੀਂ ਸੀ, ਸੰਗਤਾਂ ਨੇ ਬਾਈ ਬਹੁਤ ਹੀ ਸਹਿਯੋਗ ਦਿੱਤਾ ਸੀ, ਸੰਗਤਾਂ ਨੇ, ਬੀਬੀਆਂ ਨੇ, ਬੱਚਿਆਂ ਨੇ। ਜਿਸ ਵੇਲੇ 31 ਆਪਣਾ ਮੈਂਬਰੀ ਜਥਾ ਜਾਂਦਾ ਸੀਗਾ ਵੀ ਆਪਣਾ ਗ੍ਰਿਫਤਾਰੀ ਦੇਣ, ਜਦੋਂ ਇਹਨਾਂ ਦਾ ਪਤਾ ਨਹੀਂ ਕੀ ਕਾਰਨ ਬਣੇ ਵੀ ਇਹਨਾਂ ਦੇ 31 ਮੈਂਬਰੀ ਜਥਾ ਇਹਨਾਂ ਨੇ ਬੰਦ ਕਰਤਾ ਤੇ ਜਿਹੜੀ ਸਿੱਖ ਕੌਮ ਸੀ ਉਹਦੇ ਵਿੱਚ ਨਿਰਾਸ਼ਾ ਆਈ। ਉਸ ਤੋਂ ਪਿੱਛੋਂ ਹੌਲੀ ਹੌਲੀ ਜਿਹੜੀ ਸੰਗਤ ਉਹ ਪਿੱਛੇ ਹਟਣ ਲੱਗ ਪਈ। ਬਿਲਕੁਲ ਜੀ, ਜਿਵੇਂ ਜਿਵੇਂ ਗੌਰਮੈਂਟ ਦੀਆਂ ਚਾਲਾਂ ਹੁੰਦੀਆਂ ਵੀ ਪਾੜ ਕੇ ਤੇ ਇਹਨੂੰ ਤਰਪਿੰਡੋ ਕਰਨਾ, ਉਹਦੇ ਵਿੱਚ ਮੈਂ ਸਮਝਦਾ ਵੀ ਗੌਰਮੈਂਟ ਕਾਮਯਾਬ ਹੋਈ ਹੈ ਜਿਹੜੀ ਗੱਲੋਂ ਉਸ ਮੋਰਚੇ ਨੂੰ ਇਹ ਢਾਹ ਲੱਗੀ ਹੈ। ਬਾਬਾ ਜੀ ਜਿਹੜਾ ਸਵਾਲ ਮੈਂ ਪਹਿਲਾਂ ਕੀਤਾ ਸੀਗਾ ਵੀ ਮੋਰਚਾ ਪਿੱਛੇ ਨੂੰ ਜਾ ਰਿਹਾ ਜਾਂ ਫੇਲ ਹੋਣ ਦੀ ਕਿਨਾਰੇ ਤੇ ਹੈਗਾ, ਲੇਕਿਨ ਜਿਹੜੀਆਂ ਜਥੇਬੰਦੀਆਂ ਨੇ ਮੋਰਚਾ ਲਗਾਇਆ ਸੀਗਾ ਚੰਡੀਗੜ੍ਹ ਵਾਲਾ ਕੌਮੀ ਇਨਸਾਫ਼ ਮੋਰਚਾ, ਉਹਨਾਂ ਨੇ ਇੱਕ ਗੱਲ ਕਹੀ ਸੀਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਵੀ ਜਾਂ ਤਾਂ ਅਸੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਾਵਾਂਗੇ ਜਾਂ ਫਿਰ ਅਸੀਂ ਖੁਦ ਉੱਥੇ ਮਰਾਂਗੇ। ਵੇਖੋ ਜੀ ਉੱਥੇ ਮੈਂ ਆਪ ਰੋਜ਼ ਉੱਥੇ ਹੁੰਦਾ ਸੀ, ਇਹ ਅਰਦਾਸਾਂ ਹੁੰਦੀਆਂ ਸੀ ਵੀ ਚਾਹੇ ਤਾਂ ਅਸੀਂ ਸੀਸ ਦੇਵਾਂਗੇ ਜੀ ਜੀ, ਚਾਹੇ ਅਸੀਂ ਸਿੰਘਾਂ ਨੂੰ ਇੱਥੇ ਲੈ ਕੇ ਆਵਾਂਗੇ, ਜਿੰਨਾ ਚਿਰ ਸਾਡੇ ਸਿੰਘ ਬਾਹਰੋਂ ਰਿਹਾ ਹੋ ਕੇ ਨਹੀਂ ਆਉਂਦੇ। ਸਾਡਾ ਸਿੱਖ ਕੌਮ ਦਾ ਜਹੇਦਾਰ ਸਿੰਘ ਸਾਹਿਬਾਨ ਜਗਤਾਰ ਸਿੰਘ ਹਵਾਰਾ ਜੀ, ਬਲਵੰਤ ਸਿੰਘ ਰਾਜੋਆਣਾ, ਹੋਰ ਸੀਗੇ 14-15 ਸਿੰਘ ਵੀ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਜੀ। ਉਹੀ ਸਿੰਘ ਜਿਹੜੇ ਤਾਰਾਂ ਮਾਰਦੇ ਸੀ, ਬੜੀਆਂ ਬੜੀਆਂ ਬੜਕਾਂ ਮਾਰਦੇ ਸੀ, ਪਤਾ ਨਹੀਂ ਕੀ ਕਾਰਨ ਹੈ ਹੁਣ, ਉਹੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਪਿੱਠ ਦੇ ਗਏ, ਉੱਥੇ ਜਿਹੜੀ ਅਰਦਾਸ ਕੀਤੀ ਸੀ ਉਸ ਤੋਂ ਵੀ ਮਨੁੱਕਰ ਹੋ ਗਏ ਜੀ, ਤੇ ਜਿਹੜੀ ਸਿੱਖ ਕੌਮ ਸੀ ਉਸ ਨੂੰ ਵੀ ਉਹ ਪਿੱਠ ਦੇ ਕੇ, ਤੇ ਹੁਣ ਉੱਥੋਂ ਉਹਨਾਂ ਨੇ ਕੱਲ ਮੈਂ ਉਹਨਾਂ ਦੀ ਵੀਡੀਓ ਵੇਖੀ ਹੈ ਜਿਹੜੇ ਬੜੀਆਂ ਬੜੀਆਂ ਟਾਰਾਂ ਮਾਰਦੇ ਸੀ ਵੀ ਅਸੀਂ ਹੁਣ ਕਿਸਾਨ ਮੋਰਚੇ 'ਚ ਜਾ ਰਹੇ ਹਾਂ ਜੀ, ਵੀ ਜਿਹੜਾ ਕੁਛ ਉੱਥੇ ਇਹ ਮੋਰਚਾ ਜਿੱਤ ਆਏ ਹੈ ਤੇ ਉਹੋ ਜਿਹਾ ਮੋਰਚਾ ਜਾ ਕੇ ਹੁਣ ਇਹ ਉੱਥੇ ਕਿਸਾਨ ਮੋਰਚੇ ਦਾ ਜਿਹੜਾ ਵੀ ਇਹ ਕੀ ਜਿੱਤ ਦੇਣਗੇ, ਜਿਹੜੇ ਗੁਰੂ ਨੂੰ ਛੱਡ ਕੇ ਆ ਗਏ, ਅਰਦਾਸ ਨੂੰ ਛੱਡ ਕੇ ਆ ਗਏ, ਸਿੱਖਾਂ ਨੂੰ ਜੇਲ੍ਹਾਂ 'ਚ ਬੈਠਿਆਂ ਨੂੰ ਛੱਡ ਕੇ ਆ ਗਏ ਜੀ, ਇਹਨਾਂ ਲੋਕਾਂ ਤੋਂ ਗੌਰ ਸਾਨੂੰ ਥੋੜ੍ਹਾ ਜਿਹਾ ਸੁਚੇਤ ਹੋਣਾ ਪਊਗਾ ਵੀ ਇਹ ਨਾ ਹੋਵੇ ਵੀ ਵਿੱਚ ਵੜ ਕੇ ਇਹ ਤੁਹਾਨੂੰ ਉੱਥੇ ਵੀ ਘਰ ਆ ਜਾਣ ਤੇ ਉੱਥੇ ਵੀ ਮੋਰਚਾ ਜਿਹੜਾ ਇਹ ਦੌਣ ਹੋ ਜੀ। ਬਾਬਾ ਜੀ ਅਖੀਰਲਾ ਸਵਾਲ ਹੈਗਾ ਕਿ ਜਿਵੇਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈਗੇ ਨੇ, ਪੰਜਾਬ ਬਚਾਓ ਯਾਤਰਾ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਸ਼ੁਰੂ ਕੀਤੀ ਸੀਗੀ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ? ਵੇਖੋ ਜੀ ਪੰਜਾਬ ਨੂੰ ਕੁਛ ਨਹੀਂ ਹੋਇਆਗਾ, ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਹੈ। ਬਿਲਕੁਲ ਜੀ, ਜੇਕਰ ਖਤਰਾ ਹੈ ਤੇ ਇਹਨਾਂ ਦੀ ਕੁਰਸੀ ਨੂੰ ਖਤਰਾ ਹੈ ਜੀ, ਪੰਜਾਬ ਨੂੰ ਕੋਈ ਖਤਰਾ ਨਹੀਂ। ਜਿਹੜਾ ਕੋਈ ਇਹ ਐਵੇਂ ਪੰਜਾਬ ਬਚਾਓ ਤੇ ਪੰਜਾਬ ਨੂੰ ਜਾੜਿਆ ਕਿੰਨਾ ਨੇ, ਪਹਿਲਾਂ ਤਾਂ ਪੰਜਾਬ ਨੂੰ ਜਾੜਤਾ, ਪੰਜਾਬ ਨਾ ਗੁਰੂ ਗ੍ਰੰਥ ਸਾਹਿਬ ਛੱਡਿਆ, ਨਾ ਪੰਥ ਛੱਡਿਆ, ਨਾ ਕੋਈ ਨੌਜਵਾਨ ਛੱਡਿਆ, ਸਮੇਤ ਸੈਣੀ ਦੇ ਨਾਲ ਮਿਲ ਕੇ ਜਿਹੜਾ ਬੁੱਚੜ ਸੀਗਾ ਮਰ ਗਿਆ ਦੂਜਾ ਘੋਟਣਾ, ਉਹਨਾਂ ਨੂੰ ਇਹਨਾਂ ਨੇ ਬੁੱਕਲ ਦੇ ਵਿੱਚ ਲੈ ਕੇ, ਨਾ ਕੋਈ ਨੌਜਵਾਨ ਛੱਡਿਆ,
ਤੇ ਹੁਣ ਇਹ ਬਚਾਉਣ ਕਿਹਨੂੰ ਤੁਰੇ ਹੈ? ਹੁਣ ਇਹਨਾਂ ਨੇ ਪਖੰਡ ਹੋਰ ਰਚਿਆ ਵੀ ਚੰਡੀਗੜ੍ਹੋਂ ਬਿਆਨ ਮੈਂ ਸੁਣਿਆ ਸੀ ਵੀ ਅਸੀਂ ਅੱਠ ਦਿਨ ਜਿਹੜਾ ਪੰਜਾਬ ਬਚਾਓ ਮੋਰ ਆਪਣਾ ਨਾ ਸਾਡਾ ਵੀਰ ਹੈ ਵੀ ਅਸੀਂ ਉਹ ਬੰਦ ਕਰਦੇ ਹਾਂ ਕਿਸਾਨ ਮੋਰਚਾ ਤੇ, ਜੇਕਰ ਕਿਸਾਨਾਂ ਦੇ ਨਾਲ ਤੁਹਾਡੀ ਹਮਦਰਦੀ ਹੈ ਤੇ ਤੁਸੀਂ ਕਾਲ ਤਖ਼ਤ ਤੋਂ ਜਸੇ ਲੈ ਕੇ ਮੋਰਚੇ ਚ ਕਿਉਂ ਨੀ ਪਹੁੰਚਦੇ? ਤੁਸੀਂ ਸਿਆਸੀ ਰੋਟੀਆਂ ਸੇਕਦੇ ਹੈ, ਜਿਵੇਂ ਹੁਣ ਚੰਡੀਗੜ੍ਹ ਇੱਕ ਮੁੰਡਾ ਪਿਆ ਉਹਦੀ ਅੱਖ ਨਿਕਲ ਗਈ ਹੈ, ਉਹਦੀ ਮੈਂ ਵੀਡੀਓ ਵੇਖੀ ਹੈ ਸੁਖਵੀਰ ਬਾਦਲ ਦੀ, ਵੀ ਉਹਦਾ ਪਤਾ ਕਰਨ ਗਿਆ ਗੱਲਬਾਤ ਕਰਕੇ ਆਇਆ। ਲੱਖਾਂ ਕਰੋੜਾਂ ਰੁਪਇਆ ਗੁਰਦੁਆਰਿਆਂ ਦਾ ਖਾ ਗਏ ਹੈ, ਲੱਖਾਂ ਕਰੋੜਾਂ ਰੁਪਇਆ ਤੁਹਾਡੇ ਕੋਲ ਧਨ ਪਿਆ ਹੈ ਤੇ ਇਹ ਨੀ ਸਰਿਆ ਵੀ ਮੈਂ ਇਹਨੂੰ ਲੱਖ ਰੁਪਇਆ ਦੇ ਜਾਂ ਜਾਂ 2 ਲੱਖ ਦੇ ਜਾਂ, ਗਰੀਬ ਘਰ ਦਾ ਮੁੰਡਾ ਹੈ। ਮੈਂ ਨੀ ਮੂਵੀ ਦੇ ਵਿੱਚ ਕੁਛ ਵੇਖਿਆ ਵੀ ਮੈਨੂੰ ਮੁਸ਼ਕਲ ਲੱਗਦਾ, ਜੇ ਇਹਨੇ ਦਿੱਤਾ ਹੁੰਦਾ ਤੇ ਇਹਨੇ 10 ਵਾਰੀ ਉਹ ਵੀਡੀਓ ਵਿਖਾਉਣੀ ਸੀ ਵੀ ਮੈਂ ਆਹ 1 ਲੱਖ ਰੁਪਇਆ ਦੇ ਚੱਲਿਆ ਜਾਂ 50,000 ਦੇ ਚੱਲਿਆ, ਵੀ ਇਹ ਉੱਤੇ ਪਿਆਰ ਦੇ ਰਿਹਾ ਸੁੱਕੇ ਸੁੱਕੇ, ਇਹ ਆਪਣਾ ਲੀਡਰ ਬਣਨਾ ਚਾਹੁੰਦੇ ਵੀ ਸਾਨੂੰ ਬੜੀ ਕਿਸਾਨਾਂ ਨਾਲ ਹਮਦਰਦੀ ਹੈ। ਜਦੋਂ ਕਿਸਾਨਾਂ ਦਾ ਉੱਥੇ ਮੋਰਚਾ ਲੱਗਿਆ ਸੀ, ਬਾਦਲ ਵੀ ਕਹਿੰਦਾ ਸੀ ਚੰਗਾ ਹੈ, ਕਾਨੂੰਨ ਚੰਗੇ ਹੈ, ਸੁਖਬੀਰ ਵੀ ਕਹਿੰਦਾ ਚੰਗੇ ਹੈ, ਨੰਨੀ ਛਾਂ ਵੀ ਕਹਿੰਦੀ ਚੰਗੇ ਹੈ, ਇਹਨਾਂ ਨੇ ਦਸਤਖਤ ਵੀ ਉੱਥੇ ਕੀਤੇ ਸੀ, ਬਾਅਦ ਚ ਮੁੱਕਰ ਕੇ ਸਾਨੂੰ ਵਿਖਾਏ ਨੀ ਵੀ ਜਦੋਂ ਦਸਤਖਤ ਕਰਾਏ ਹੈ। ਹੁਣ ਇਹ ਸਿਆਸੀ ਜ਼ਮੀਨ ਭਾਲਦੇ ਜਿਹੜੀ ਇਹਨਾਂ ਦੇ ਪੈਰਾਂ ਚੋਂ ਖਿਸਕ ਗਈ ਹੈ। ਜੇ ਕਿਸਾਨਾਂ ਦੇ ਨਾਲ ਤੁਹਾਨੂੰ ਹਮਦਰਦੀ ਹੈ ਨਾ ਤੇ ਕਾਲ ਤਖ਼ਤ ਜਸੇ ਭੇਜੋ, ਉੱਥੇ ਬੱਚਿਆਂ ਤੇ ਡਾਂਗਾਂ ਵੜ ਰਹੀਆਂ, ਬਜ਼ੁਰਗਾਂ ਤੇ ਵੜ ਰਹੀਆਂ, ਬੀਬੀਆਂ ਤੇ ਵੜ ਰਹੀਆਂ, ਤੇ ਅਕਾਲੀ ਦਲ ਸਾਰਾ ਲੁਕਿਆ ਬੈਠਾ, ਅਕਾਲੀ ਦਲ ਦਾ ਇੱਕ ਵੀ ਬੰਦਾ ਉੱਥੇ ਹੈ ਨੀ, ਤੇ ਦੂਜੇ ਪਾਸੇ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਨਾਲ, ਇਹੋ ਹੀ ਰਾਜੇ ਵਿੜੰਗ ਦਾ ਕੰਮ ਹੈ। ਉੱਥੇ ਜਾ ਕੇ ਭਗਵੰਤ ਮਾਨ ਦੀ ਕੋਠੀ ਅੱਗੇ ਧਰਨੇ ਦਿੰਦੇ ਹੈ ਤੇ ਮੋਰਚੇ ਲੈ ਕੇ ਸੰਗਤਾਂ ਦੀ ਕਾਂਗਰਸ, ਤੇ ਉੱਥੇ ਮੋਰਚਾ ਕਿਉਂ ਨੀ ਲਾਉਂਦੇ? ਜਿਹੜੇ ਸਾਰੇ ਸਿਆਸੀ ਲੋਕ ਹੈ, ਸਿਆਸੀ ਕੁਰਸੀਆਂ ਭਾਲਦੇ ਹੈ, ਇਹਨਾਂ ਦਾ ਕੋਈ ਸੰਬੰਧ ਨੀ ਕਿਸਾਨ ਮੋਰਚੇ ਦੇ ਨਾਲ। ਜਿਵੇਂ ਭਗਵੰਤ ਮਾਨ ਕਹਿੰਦਾ ਮੈਂ ਮੋਰਚੇ ਦੇ ਨਾਲ ਹੈ, ਤੇ ਕਿਸਾਨਾਂ ਨੇ ਮਸ਼ੀਨ ਲਈ ਹੈ ਵੀ ਉਹ ਬੈਰੀਅਰ ਭੰਡਣ ਵਾਸਤੇ, ਤੇ ਭਗਵੰਤ ਮਾਨ ਦੀ ਪੁਲਿਸ ਨੇ ਉਹ ਜਿਹੜੀ ਮਸ਼ੀਨ ਹੈ ਉਹਨੂੰ ਜ਼ਬਤ ਕਰਕੇ ਤੇ ਕਿਸੇ ਦੇ ਘਰੇ ਲਾ ਤੀ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਵੀ ਜੇ ਤੂੰ ਕਹਿਣਾ ਮੈਂ ਕਿਸਾਨਾਂ ਦੇ ਨਾਲ ਹੈ ਤੇ ਪੰਜਾਬ ਪੁਲਿਸ ਨੇ ਮਸ਼ੀਨ ਕਿਵੇਂ ਖੋਹੀ ਹੈ? ਜੇ ਤੈਥੋਂ ਉਹਨਾਂ ਨੇ ਵੀਰ ਕੇ ਖੋਈ ਹੈ ਤੇ ਉਸ SSP ਤੇ DSP ਦੇ ਉੱਤੇ ਪਰਚਾ ਦਰਜ ਕਰ। ਬਾਬਾ ਜੀ ਕੱਲ ਮਸ਼ੀਨ ਉਹਨਾਂ ਜ਼ਬਤ ਕੀਤੀ ਹੈ? ਇਹ ਨਹੀਂ, ਪਰਸੋਂ ਚੌਥੇ ਕੀਤੀ ਹੈ, ਲੱਖਾ ਸਦਾਨਾ ਪਹੁੰਚਿਆ ਹੈ, ਰਾਤ ਦੇ 2 ਵਜੇ ਛਡਾਈ ਹੈ, ਅਜੇ ਤੀਕ ਮਸ਼ੀਨ ਉੱਥੇ ਪਹੁੰਚਣ ਨਹੀਂ ਦਿੱਤੀ ਪੰਜਾਬ ਪੁਲਿਸ ਨੇ। ਜਿਹੜੇ ਬੈਰੀਅਰ ਹੈ ਉਹ ਪੰਜਾਬ ਦੀ ਹੱਦ ਦੇ ਵਿੱਚ ਹਰਿਆਣੇ ਨੇ ਕਿਵੇਂ ਆ ਕੇ ਲਾ ਲਏ? ਮੁੜ ਕੇ ਹੁਣ ਡਰਾਮੇ ਕਰਦਾ ਜੀ ਅਸੀਂ ਚਿੱਠੀ ਕੱਢੀ ਹੈ ਉੱਥੋਂ ਦੇ DC ਨੂੰ ਵੀ ਤੁਸੀਂ ਬੰਬ ਸੁੱਟ ਰਹੇ ਹੈ, ਤੇ ਜਦੋਂ ਉਹ ਉੱਥੇ ਬੈਰੀਅਰ ਲਾ ਰਹੇ ਸੀ ਪੰਜਾਬ ਦੀ ਹੱਦ ਦੇ ਵਿੱਚ ਤੇ ਤੁਹਾਡੇ DC ਨੂੰ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ ਵੀ ਸਾਰਾ ਕੁਛ ਭਗਵੰਤ ਮਾਨ ਵੀ ਕਾਂਗਰਸ ਵੀ ਅਕਾਲੀ ਵੀ ਸਾਰੇ BJP ਦੇ ਨਾਲ ਇੱਕ ਹੈ, ਇਹ ਉੱਤੋਂ ਹੀ ਇਹ ਦੂਜਾ ਵੋਟਾਂ ਦੇ ਮਾਰੇ ਇਹ ਦੂਜਾ ਡਰਾਮੇ ਰਚਦੇ ਹੈ। ਜੇਕਰ ਭਗਵੰਤ ਮਾਨ ਨੂੰ ਮੈਂ ਦੁਬਾਰੇ ਕਹਿਣਾ ਤੂੰ ਕਿਸਾਨਾਂ ਦੇ ਨਾਲ ਹੈ, ਇੱਕ ਤਾਂ ਉੱਥੋਂ ਦੇ DC ਤੇ ਪਰਚਾ ਦਰਜ ਕਰ ਪਟਿਆਲੇ ਵਾਲੇ ਤੇ ਜਿਹਨੇ ਉੱਥੇ ਬੈਰੀਅਰ ਲੱਗਣ ਦਿੱਤੀ ਹੈ, ਦੂਜਾ ਪਰਚਾ ਉੱਥੋਂ ਦੀ ਪੁਲਿਸ ਤੇ ਕਰ
ਜਿਨ੍ਹਾਂ ਨੇ ਉਹ ਮਸ਼ੀਨ ਖੋਹੀ ਹੈ। ਬਿਲਕੁਲ ਜੀ, ਜਿਹੜੇ ਕਿਸਾਨ ਹੈ ਉਹ ਤਾਂ ਮੁੱਲ ਰਹੇ ਮਸ਼ੀਨ, ਤੇਰੀ ਪੁਲਿਸ ਖੋਹ ਕੇ ਤੇ ਮਸ਼ੀਨ ਨੂੰ ਦੂਜਾ ਉੱਥੇ ਜਾਣ ਨਹੀਂ ਦਿੰਦੀ, ਤੈਨੂੰ ਕੋਈ ਪਤਾ ਨਹੀਂ ਮੇਰੀ ਪੁਲਿਸ ਨੇ ਮਸ਼ੀਨ ਖੋਹੀ ਹੈ ਜੀ। ਤੁਸੀਂ ਕਰਦੇ ਕੁਛ ਹੋਰ ਹੈ, ਅੰਦਰੋਂ ਹੋਰ ਹੈ, ਜਿਹੜੀਆਂ ਇਹ ਸਾਰੀਆਂ ਚਾਲਾਂ ਦਾ ਲੋਕਾਂ ਨੂੰ ਪਤਾ ਲੱਗ ਗਿਆ, ਜੋ ਬੀਜੇਪੀ ਕਿਸਾਨਾਂ ਨਾਲ ਕਰ ਰਹੀ ਹੈ, ਜੋ ਕਾਂਗਰਸ ਕਰ ਰਹੀ ਹੈ, ਜੋ ਅਕਾਲੀ ਕਰ ਰਹੇ ਹੈ, ਜੋ ਆਪ ਵਾਲੇ ਕਰ ਰਹੇ ਹੈ, 52 MLA ਹੈ, ਕਿਸੇ ਇੱਕ ਦਾ ਵੀ ਮੂੰਹ ਨਹੀਂ ਖੋਲਦਾ ਗਾ ਵੀ ਕਿਸਾਨਾਂ ਦੇ ਉੱਤੇ ਵਿਚਾਰਿਆਂ ਦੇ ਡਾਂਗ ਵਰ ਰਹੀ ਹੈ, ਬੰਬ ਉੱਤੇ ਡਿੱਗ ਰਹੇ ਹੈ, ਅਥਰੂ ਗੈਸ ਡਿੱਗ ਰਹੇ ਹੈ, ਸਿੰਘ ਫੱਟੜ ਹੋ ਰਹੇ ਹੈ, 52 ਚੋਂ ਇੱਕ ਵੀ ਬਿਆਨ ਨਹੀਂ ਕੋਈ ਦਿੰਦਾ। 92 ਭੁੱਲ ਗਿਆ ਵੀ 92 ਹੈ, ਇੱਕ ਵੀ ਬਿਆਨ ਨਹੀਂ ਦਿੰਦਾ ਵੀ ਕਿਸਾਨਾਂ ਦੇ ਉੱਤੇ ਏਡਾ ਵੱਡਾ ਜ਼ੁਲਮ ਹੋ ਰਿਹਾ ਅੰਨਦਾਤੇ ਦੇ ਉੱਤੇ। ਸੋ ਦੋਸਤੋ, ਜਿਸ ਤਰ੍ਹਾਂ ਤੁਸੀਂ ਗੱਲਬਾਤ ਸੁਣੀ ਹੈ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ, ਮੇਰੇ ਨਾਲ ਬਾਬਾ ਜੀ ਸੀਗੇ। ਸੋ ਬਾਬਾ ਜੀ ਨੇ ਬੜੇ ਵੱਡੇ ਵੱਡੇ ਖੁਲਾਸੇ ਕੀਤੇ ਨੇ ਵੀ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਹੈਗਾ ਫੇਲ ਹੋਣ ਦੇ ਕਾਰਨ ਕੀ ਹੈਗੇ ਨੇ। ਸੋ ਸੁਖਬੀਰ ਬਾਦਲ ਨੇ ਜਿਹੜੀ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਹੈ, ਕਹਿੰਦੇ ਵੀ ਸਿਰਫ ਤਾਂ ਸਿਰਫ ਆਪਣੀ ਕੁਰਸੀ ਬਚਾਓ ਯਾਤਰਾ ਹੈਗੀ ਹੈ। ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਜੇ। ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ, ਮੈਂ ਨਿਸ਼ਾਨ ਸਿੰਘ, ਮੇਰੇ ਨਾਲ ਸੀ ਬਾਬਾ ਜੀ ਲਾਡਲੀਆਂ ਫੌਜਾਂ ਗੁਰੂ ਦੀਆਂ। ਸੋ ਬਾਬਾ ਜੀ, ਆਪ ਜੀ ਦਾ ਧੰਨਵਾਦ। ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਜੀ। ਹਾਂ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।